ਅੱਜ ਫਿਰੋਜ਼ਪੁਰ ਦੇ SSP ਭਾਗੀਰਥ ਸਿੰਘ ਮੀਨਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਗੁੰਮ ਹੋਏ ਮੋਬਾਈਲ ਫੋਨ ਬਾਰੇ ਜਿਨ੍ਹਾਂ ਵਿਅਕਤੀਆਂ ਨੇ ਜ਼ਿਲ੍ਹੇ ਦੇ ਵੱਖ ਵੱਖ ਸਾਂਝੇ ਕੇਂਦਰ ਵਿੱਚ ਸ਼ਿਕਾਇਤ ਦਰਜ ਕਰਵਾਈਆਂ ਸਨ ਉਹਨਾਂ ਦਰਖਾਸਤਾਂ ਦੇ ਆਧਾਰ 'ਤੇ ਮੋਬਾਈਲ ਫੋਨ ਨੰਬਰ ਨੂੰ ਟਰੇਸ ਕਰਨ ਲਈ ਜ਼ਿਲ੍ਹਾ ਹੈੱਡਕੁਆਟਰ ਦੇ ਬਣੇ ਟੈਕਨੀਕਲ ਵਿੰਗ ਵਿੱਚ ਤਾਇਨਾਤ ਇੰਚਾਰਜ ASI ਗੁਰਦੇਵ ਸਿੰਘ ਦੀ ਕੜੀ ਮਿਹਨਤ ਸਦਕਾ ਕੁੱਲ 142 ਸ਼ਿਕਾਇਤਾਂ ਵਿੱਚੋਂ 103 ਸ਼ਿਕਾਇਤਾਂ ਦੇ ਗੁੰਮ ਹੋਏ ਮੋਬਾਈਲ ਫੋਨ ਚਲਦੇ ਪਾਏ ਗਏ ਸਨ। ਮੋਬਾਈਲ ਫੋਨ ਦੇ ਅਧਿਕਾਰਤ ਮਾਲਕ ਨੂੰ ਲੋੜੀਂਦੇ ਦਸਤਾਵੇਜ਼ ਨੂੰ ਚੈੱਕ ਕਰਵਾ ਕੇ ਉਹਨਾਂ ਨੂੰ ਦਿੱਤੇ ਗਏ। ਇਸ ਉਪਰੰਤ ਟਰੇਸ ਕੀਤੇ ਗਏ 103 ਮੋਬਾਈਲਾਂ ਫੋਨਾਂ ਨੂੰ ਉਹਨਾਂ ਦੇ ਅਸਲ ਮਾਲਕ ਨੂੰ ਸੌਂਪ ਦਿੱਤੇ ਗਏ ਹਨ। ਜਿਵੇਂ ਹੀ ਬਾਕੀ ਮੋਬਾਈਲ ਫੋਨ ਚਲਦੇ ਪਾਏ ਜਾਂਦੇ ਹਨ ਤਾਂ ਉਹਨਾਂ ਨੂੰ ਵੀ ਟਰੇਸ ਕਰਕੇ ਮੋਬਾਈਲ ਫੋਨ ਮਾਲਕਾਂ ਦੇ ਹਵਾਲੇ ਕੀਤੇ ਜਾਣਗੇ। SSP ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਇਆਂ ਦੱਸਿਆ ਕਿ ਸ਼ਰਾਰਤੀ ਅਨਸਰਾਂ 'ਤੇ ਕੜੀ ਨਜ਼ਰ ਰੱਖੀ ਜਾ ਰਹੀ ਹੈ। ਰੋਜ਼ਾਨਾ PCR ਮੋਟਰਸਾਈਕਲਾਂ 'ਤੇ ਪੁਲਿਸ ਕਰਮਚਾਰੀਆਂ ਵੱਲੋਂ ਗਸ਼ਤ ਕੀਤੀ ਜਾ ਰਹੀ ਹੈ ਅਤੇ ਰੋਜ਼ਾਨਾ ਇਲਾਕੇ ਵਿੱਚ ਸਪੈਸ਼ਲ ਨਾਕਾਬੰਦੀ ਕਰਵਾ ਕੇ ਵੀ ਬਰੀਕੀ ਨਾਲ ਚੈਕਿੰਗ ਕਰਵਾਈ ਜਾ ਰਹੀ ਹੈ। ਜ਼ਿਲ੍ਹਾ ਪੁਲਿਸ ਜੋ ਪਬਲਿਕ ਦੀ ਜਾਨ ਮਾਲ ਦੀ ਰਾਖੀ ਲਈ ਹਮੇਸ਼ਾ ਤਤਪਰ ਹੈ। ਉਹਨਾਂ ਕਿਹਾ ਅਗਰ ਕਿਸੇ ਨੇ ਵੀ ਕਿਸੇ ਮਾੜੇ ਅਨਸਰ ਬਾਰੇ ਕੋਈ ਸੂਚਨਾ ਸਾਂਝੀ ਕਰਨੀ ਹੋਵੇ ਤਾਂ ਉਹ ਵਿਅਕਤੀ ਨਿੱਜੀ ਤੌਰ 'ਤੇ ਜਾਂ ਟੋਲ ਫਰੀ ਨੰਬਰ 'ਤੇ ਸੰਪਰਕ ਕਰ ਸਕਦਾ ਹੈ। ਫਿਰੋਜ਼ਪੁਰ ਤੋਂ ਗੁਰਪ੍ਰੀਤ ਸਿੰਘ ਕੁੱਲਰ ਦੀ ਰਿਪੋਰਟ। ਬਹੁਤ ਖੁਸ਼ ਰਹਾ ਜੀ ਸਰ, ਦੋਨਾਂ ਮਿੱਤਰ ਪਿੰਡੇ ਜੀ ਸਰ, 6 ਮਹੀਨੇ ਹੋ ਗਏ ਫੋਨ ਚੋਰੀ ਹੋਏ ਨੂੰ। ਕਿਹੜਾ ਫੋਨ ਸੀਗਾ? ਵੀਵੋ S1 ਸੀ। ਅਤੇ ਅੱਜ ਫੋਨ ਦੇ ਦਿੱਤਾ? ਹਾਂਜੀ ਦੇ ਦਿੱਤਾ ਜੀ। ਚੋਰੀ ਕਿਵੇਂ ਹੋਇਆ ਸੀਗਾ? ਚੋਰੀ ਦੁਕਾਨ ਤੋਂ ਹੋਇਆ ਸੀ ਜੀ। ਦੇਖੋ ਜਦੋਂ ਮੈਂ ਜੁਆਇਨ ਕੀਤਾ ਸੀ, ਅਸੀਂ ਇੱਕ ਉਪਰਾਲਾ ਚਾਲੂ ਕੀਤਾ ਸੀ ਕਿ ਜਿਹੜੇ ਬੰਦਿਆਂ ਦੇ ਮੋਬਾਈਲ ਕੀ ਗੁੰਮਸ਼ੁਦਗੀ ਕੀ ਰਿਪੋਰਟ ਸਾਡੇ ਸਾਂਝ ਕੇਂਦਰਾਂ ਦੇ ਵਿੱਚ ਦਰਜ ਹੁੰਦੀ ਹੈ, ਉਹਨਾਂ ਨੂੰ ਅਸੀਂ ਟਰੇਸ ਕਰਨ ਦਾ ਇੱਕ ਉਪਰਾਲਾ ਕੀਤਾ ਸੀ। ਸਾਡੇ ਟੈਕਨੀਕਲ ਸੈੱਲ ਦੇ ਇੰਚਾਰਜ ASI ਗੁਰਦੇਵ ਸਿੰਘ ਨੇ ਇਸ 'ਤੇ ਬਹੁਤ ਵੱਡੀ ਭੂਮਿਕਾ ਨਿਭਾਈ ਹੈਗੀ। ਸਾਡੇ SSP DG ਸਾਹਿਬ ਰਤਨ ਸਿੰਘ ਬਰਾੜ ਇਹਨਾਂ ਦੇ ਨੋਡਲ ਅਫਸਰ ਹੈਗੇ। ਟੋਟਲ ਸਾਡੇ ਕੋਲ 142 ਦਰਖਾਸਤਾਂ ਆਈ ਸੀ ਜਿਨ੍ਹਾਂ ਦੇ ਵਿੱਚ ਮੋਬਾਈਲ ਗੁੰਮ ਹੋਏ ਸੀ। ਉਹਨਾਂ ਨੂੰ ਅਸੀਂ IMF ਟਰੈਸ ਲਗਾ ਕੇ ਟੋਟਲ 103 ਮੋਬਾਈਲ ਅਸੀਂ ਟਰੇਸ ਕਰਨ ਦੇ ਵਿੱਚ ਕਾਮਯਾਬ ਹੋਏ ਸੀ। ਮੈਂ ਚਾਹੁੰਦਾ ਸੀ ਕਿ ਸਾਰੇ ਲੋਕਾਂ ਨੂੰ ਇਹਦੇ ਬਾਰੇ ਅਵੇਅਰ ਕੀਤਾ ਜਾਏ ਕਿ ਜਿਨ੍ਹਾਂ ਦੇ ਵੀ ਮੋਬਾਈਲ ਅਗਰ ਖੋ ਜਾਂਦੇ ਹੈ ਤਾਂ ਉਹ ਪੁਲਿਸ ਨੂੰ ਆ ਕੇ ਦਰਖਾਸਤ ਦੇ ਤਾਂ ਕਿ ਅਸੀਂ ਉਹਨਾਂ ਦਾ ਮੋਬਾਈਲ ਟਰੇਸ ਕਰਕੇ ਉਹਨਾਂ ਤੱਕ ਪਹੁੰਚਾਉਣ ਦੇ ਵਿੱਚ ਅਸੀਂ ਕਾਮਯਾਬੀ ਹਾਸਿਲ ਕਰ ਸਕੇ। ਤਾਂ ਅੱਜ ਇਹ ਕੈਂਪ ਇਸੇ ਮਕਸਦ 'ਤੇ ਲਗਾਇਆ ਗਿਆ ਕਿ ਟੋਟਲ 103 ਮੋਬਾਈਲ ਉਹਨਾਂ ਦੇ ਵਾਰਿਸਾਂ ਦੇ ਜਾਂ ਉਹਨਾਂ ਦੇ ਮਾਲਕਾਂ ਦੇ ਹਵਾਲੇ ਕੀਤਾ ਜਾਏ। ਸਰ, ਇਹ ਕਦੋਂ ਦੀਆਂ ਜਿਹੜੀਆਂ ਸ਼ਿਕਾਇਤਾਂ ਹੈਗੀਆਂ ਸੀਗੀਆਂ ਅਤੇ ਇਹਦੇ ਵਿੱਚ ਕੋਈ ਬੰਦੇ ਵੀ ਫੜੇ ਹੈਗੇ ਆ ਅਤੇ ਕਿਹੜੇ ਕਿਹੜੇ ਮਾਮਲਿਆਂ 'ਚ ਸੀਗੇ? ਇਹ ਬੇਸਿਕਲੀ ਸਾਰੀ ਜੋ ਪੈਂਡੈਂਸੀ 'ਤੇ ਮੇਰੇ ਆਉਣ 'ਤੇ ਪਹਿਲੇ ਕੇ ਵੀ ਹੈਗੇ ਔਰ ਮੇਰੇ ਆਉਣ ਦੇ ਬਾਅਦ ਕੇ ਵੀ ਹੈਗੇ। ਜਿਹੜੇ ਵੀ ਗੁੰਮ ਹੋਏ ਮੋਬਾਈਲ 'ਤੇ ਸਾਰੇ ਅਸੀਂ ਪੂਰੇ ਇੱਕ ਲਿਸਟ ਕੰਪਾਇਲ ਕੀਤੀ ਸੀ, ਉਹਦੇ ਵਿੱਚ ਟੋਟਲ ਸਾਡੇ ਕੋਲ 142 ਦਰਖਾਸਤਾਂ ਪੈਂਡਿੰਗ ਸੀ। ਟੋਟਲ ਇਹੀ ਦਰਖਾਸਤ ਸੀ, ਇਹਨਾਂ ਦੇ ਵਿੱਚ 103 ਅਸੀਂ ਟਰੇਸ ਕਰਨ ਦੇ ਵਿੱਚ ਕਾਮਯਾਬ ਹੋਏ। ਸਰ, ਇਹ ਗੁੰਮ ਹੈ ਜਾਂ ਸਨੈਚਿੰਗ ਵਾਲੇ? ਬੇਸਿਕਲੀ ਗੁੰਮ ਵਾਲੇ ਮੋਬਾਈਲ ਹੈਗੇ ਸਾਰੇ। ਕਹਾਂ ਸੇ ਬਰਾਮਦ ਹੋਏ ਸਰ? ਇਹ ਅਸੀਂ IMI ਸਰਚ ਲਗਾਉਂਦੇ ਹਾਂ, ਪੂਰੇ ਆਪਣੇ ਟੈਕਨੀਕਲ ਜੋ ਹਮਾਰੇ ਇਕਵਿਪਮੈਂਟ ਹੈ ਉਹਨਾਂ ਦੇ ਨਾਲ ਇਸ ਨੂੰ ਟਰੇਸ ਕਰਕੇ ਔਰ ਅਸੀਂ ਇਹਨਾਂ 'ਤੇ ਪਹੁੰਚਣ ਦੇ ਵਿੱਚ ਕਾਮਯਾਬ ਹੋਏ ਸੀ।